ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਵਿਭਾਗ ਨੇ ਦੁਸ਼ਹਿਰਾ ਗਰਾਊਂਡ 'ਚ ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ 'ਤੇ ਜਾ ਕੇ ਵਸਤੂਆਂ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਹੈ ਕਿ ਫੂਡ ਸੇਫਟੀ ਐਕਟ ਦੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਗ੍ਰਾਹਕਾਂ ਨੂੰ ਵਧੀਆ ਅਤੇ ਸੰਤੁਲਿਤ ਭੋਜਨ ਹੀ ਪ੍ਰਦਾਨ ਕਰਨ। ਗੱਲਬਾਤ ਦੌਰਾਨ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਸੁਦੇਸ਼ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਉਹਨਾਂ ਵੱਲੋਂ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਅਕਸਰ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਅਜਿਹੀਆਂ ਕਾਰਵਾਈਆਂ ਅਮਲ 'ਚ ਲਿਆ ਚੁੱਕਿਆ ਹੈ। ਉਹਨਾਂ ਦੱਸਿਆ ਕਿ ਟੀਮ ਵੱਲੋਂ ਕੁੱਲ 9 ਖਾਣ ਪੀਣ ਵਾਲੀਆਂ ਦੁਕਾਨਾਂ ਤੋਂ ਸੈਂਪਲ ਭਰੇ ਗਏ ਨੇ ਜੋ ਕਿ ਅਗਲੀ ਜਾਂਚ ਲਈ ਮੋਹਾਲੀ ਸਥਿਤ ਲੈਬਾਰਟਰੀ 'ਚ ਭੇਜ ਦਿੱਤੇ ਗਏ ਨੇ। ਇਸ ਮੌਕੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਵਧੀਆ ਅਤੇ ਮਿਆਰੀ ਵਸਤੂਆਂ ਖਾਣ ਲਈ ਮੁਹੱਈਆ ਕਰਵਾਉਣ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਮਿਲਾਵਟਖੋਰਾਂ ਦੇ ਖਿਲਾਫ ਅਤੇ ਹੋਰ ਜਿਹੜੇ ਫੂਡ ਸੇਫਟੀ ਸਟੈਂਡਰਡ ਅਪਡੇਟ ਨਹੀਂ ਕਰਦੇ ਉਹਨਾਂ ਰਿਗਾਰਡਿੰਗ ਅਸੀਂ ਅੱਜ ਚੈਕਿੰਗ ਕੀਤੀ ਗਈ ਹੈ। ਮੇਲੇ ਦੇ ਵਿੱਚ ਵੀ ਆ ਕੇ ਬਹੁਤ ਸਾਰੀਆਂ ਦੁਕਾਨਾਂ ਚੈੱਕ ਕੀਤਾ ਜਿਹਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਸਾਫ਼ ਸਫਾਈ ਦਾ ਖਿਆਲ ਰੱਖਣ ਅਤੇ ਆਪਣੀ ਪੂਰੇ ਲਾਇਸੈਂਸ ਰਜਿਸਟਰੇਸ਼ਨ ਜਿਹੜੀ ਹੈਗੀ ਉਹ ਰਿਨਿਊ ਕਰਾਉਣ ਜਾਂ ਲੈਣ ਅਤੇ ਆਪਣੇ ਦਸਤਾਨੇ ਪਾ ਕੇ ਕੈਬ ਪਾ ਕੇ ਸਾਰਾ ਕੁਝ ਸਾਫ਼ ਸਫਾਈ ਕਰਕੇ ਹੈ ਖਾਣ ਪੀਣ ਦੇ ਬਰਤਨ ਦੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਅਤੇ ਅਸੀਂ ਅੱਜ ਜਿਹੜੇ ਹੈ ਚੰਦ ਜੀ ਦੇ ਵਿਰਤ ਵਾਲੀਆਂ ਮਠਿਆਈਆਂ ਲਈ ਵੀ ਸਿੰਪਲ ਲਏ ਗਏ ਹਨ ਜਦੋਂ ਸਿੰਪਲ ਦੇ ਵਿੱਚ ਲੈਬੋਰਟਰੀ ਜਦ ਭੇਜਦੇ ਹਨ ਤਕਰੀਬਨ 10 ਦੇ ਕਰੀਬ ਅਸੀਂ ਜਿਹੜੇ ਹਲਵਾਈਆਂ ਕੋਲ ਸਿੰਪਲ ਲਏ ਗਏ ਸਰਕਾਰੀ ਲੈਬੋਰਟਰੀ ਦੀ ਰਿਪੋਰਟ ਆਈ ਜਿਹਦੇ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਮਿਹਨਤ ਲਗਾਤਾਰ ਜਾਰੀ ਰੱਖਾਂਗੇ ਕੰਟੀਨਿਊ ਰਹੇਗੀ ਉਹਦੇ ਲਗਾਤਾਰ ਤੁਹਾਨੂੰ ਮੇਨਟੇਨ ਕਰਦੇ ਹੋਏ ਅਸੀਂ ਹਰ ਇੱਕ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਖਾਣ ਪੀਣ ਵਾਲੀਆਂ ਵਸਤੂਆਂ ਦੇਖ ਪਰਖ ਕੇ ਖਾਧੀਆਂ ਜਾਣ ਔਰ ਉਹਨਾਂ ਦੀ ਹਾਈਜੀਨ ਕੰਡੀਸ਼ਨ ਦੇਖ ਕੇ ਔਰ ਸਾਰਾ ਤਾਂ ਕਿ ਬਿਮਾਰੀਆਂ ਜਿਹੜੀਆਂ ਹੈਗੀਆਂ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਬਿਮਾਰੀਆਂ ਕਿਵੇਂ ਰੋਕਥਾਮ ਕਰਨੀ ਹੈ ਔਰ ਫੂਡ ਸੇਫਟੀ ਦੇ ਰਿਗਾਰਡਿੰਗ ਅਵੇਅਰ ਕੀਤੀ ਜਾਏਗੀ।